ਬ੍ਰੇਕ ਤੋਂ ਬਾਅਦ ਮੁੜ ਤੋਂ ਹਾਜ਼ਰ ਹਾਂ ਜੀ। ਔਰ ਵਿਚਾਰ ਵਟਾਂਦਰਾ ਅੱਜ ਦਾ ਮੁੱਦਾ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕਰ ਰਹੇ ਹਾਂ ਜੀ, ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਯਾਨੀ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਕੀ ਕੁਝ ਵਿਚਾਰ ਪੰਜਾਬੀ ਭਾਈਚਾਰੇ ਦੇ ਲੋਕ ਸਾਡੇ ਭਰਾ ਕਰਨਾ ਚਾਹੁੰਦੇ ਹਨ। ਕੋਸ਼ਿਸ਼ ਕੀਤੀ ਹੈ ਜਸ ਬ੍ਰੌਡਕਾਸਟਿੰਗ ਨੇ ਕਿ ਗਰਾਊਂਡ ਲੈਵਲ ਤੇ ਜਾ ਕੇ ਮੁੱਦਾ ਕੀਤਾ ਜਾਏ ਤੇ ਗੱਲਾਂ ਸਮਝ ਆਉਣ, ਔਰ ਕਿਉਂ ਮਜਬੂਰ ਹੋ ਰਹੇ ਨੇ ਸਾਡੇ ਪੰਜਾਬੀ ਭਾਈਚਾਰਾ ਅੱਜ ਵਿਦੇਸ਼ਾਂ ਦੇ ਵਿੱਚ ਆਉਣ ਨੂੰ, ਔਰ ਕਿਉਂ ਉਹ ਆਏ ਨੇ, ਔਰ ਕੀ ਸੋਚ ਆ ਉਹਨਾਂ ਦੀ, ਜਿਹੜਾ ਸਿੱਖ ਡਾਇਸਪੋਰਾ ਉਹ ਕਿਸ ਤਰੀਕੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਨੂੰ ਚਾਹੁੰਦਾ, ਕਿਸ ਤਰੀਕੇ ਦਾ ਰੋਡ ਮੈਪ ਚਾਹੁੰਦਾ, ਉਹਨਾਂ ਦੀ ਕੋਸ਼ਿਸ਼ ਕਰ ਰਹੇ ਸੀਗੇ। ਔਰ ਕੋਸ਼ਿਸ਼ ਕੀਤੀ ਸੀਗੀ ਕਿ ਇਹ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹੈਗੀਆਂ, ਉਹਦਾ ਆਖਿਰਕਾਰ ਮਕਸਦ ਕੀ ਹੈ। ਮੀਡੀਆ ਰਿਪੋਰਟਸ ਦੱਸਦੀਆਂ ਹਨ ਕਿ ਹਿੰਦੂ ਏਜੰਡੇ ਨੂੰ ਬੜਾਵਾ ਦਿੱਤਾ ਜਾ ਰਿਹਾ ਭਾਰਤ ਦੇ ਵਿੱਚ, ਔਰ ਜੇਕਰ ਗੱਲ ਹੋ ਰਹੀ ਹੈ ਤਾਂ ਸਿਰਫ ਹਿੰਦੂ ਭਾਈਚਾਰੇ ਦੀ ਗੱਲ ਹੋ ਰਹੀ ਹੈ, ਉਹਦੇ ਮੁੱਦਿਆਂ ਦੀ ਹੋ ਰਹੀ ਹੈ, ਅਤੇ ਘੱਟ ਗਿਣਤੀ ਆਖਿਰਕਾਰ ਕਿਸ ਪਾਸੇ ਹੈ, ਉਹ ਕਿਸ ਪਾਸੇ ਆਪਣੇ ਆਪ ਨੂੰ ਵੇਖ ਰਹੇ ਨੇ, ਕਿ ਵਾਕਈ ਕੌਨਫੀਡੈਂਸ ਲੈਵਲ ਸਿਆਸਤਦਾਨ ਉੱਥੇ ਉਹਨਾਂ ਦੇ ਵਿੱਚ ਪੈਦਾ ਕਰ ਪਾ ਰਹੇ ਹਨ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅਮਨਪ੍ਰੀਤ ਸਿੰਘ ਜੀ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਜਿੱਥੋਂ ਤੱਕ ਤੇ ਪੰਜਾਬ ਦਾ ਆਪਾਂ ਗੱਲ ਕਰੀਏ, ਜਿਹੜੀ ਕਰੰਟ ਜਿਹੜੀ ਗਵਰਨਮੈਂਟ ਆ, ਅਨਫੋਰਚੁਨੇਟਲੀ ਉਹ ਇਹ ਜਿਹੜਾ ਹਮੇਸ਼ਾ ਹੀ ਸਰਕਾਰਾਂ ਨੇ ਖੇਡਿਆ, ਤੋ ਇਸ ਵੇਲੇ ਉਹ ਹਿੰਦੂ ਕਾਰਡ ਖੇਡ ਰਹੇ ਨੇ, ਜਿਹੜੀ ਕਿ ਇੱਕ ਬੜੇ ਦੁੱਖ ਦੀ ਗੱਲ ਆ, ਕਿਉਂਕਿ ਜਿਹੜਾ ਹਿੰਦੁਸਤਾਨ ਆ ਉਹ ਕਿਸੇ ਉਹ ਉੱਥੋਂ ਦਾ ਸੰਵਿਧਾਨ ਜਿਹੜਾ ਹੈ ਉਹ ਹਰ ਧਰਮ ਨੂੰ ਰੈਕੋਗਨਾਈਜ਼ ਕਰਦਾ ਹੈ, ਅਤੇ ਉਹਦੇ 'ਚ ਆਪਾਂ ਸਭ ਲੋਕ ਉਸ ਸੰਵਿਧਾਨ ਦੇ ਮੁਤਾਬਕ, ਕੋਈ ਉਹ ਹਿੰਦੂ ਕਾਰਡ ਜਾਂ ਭਗਵਾਂ ਕਰਨ ਜਿਹੜਾ ਹੈ ਉਹ ਇੱਕ ਦੁੱਖ ਦੀ ਗੱਲ ਆ, ਪਰ ਖੇਡਿਆ ਉਹ ਹਰ ਰਾਜਨੀਤੀ ਦਲ ਵੱਲੋਂ ਜਾਂਦਾ ਹੈ। ਜਿਵੇਂ ਪੰਜਾਬ 'ਚ ਵੀ ਪਿਛਲੀਆਂ ਇਲੈਕਸ਼ਨਾਂ 'ਚ ਵੀ ਇਹਨਾਂ ਨੇ ਇਹ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਨੂੰ ਇਹ ਪਤਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਬਾਹਰੋਂ, ਚਾਹੇ ਜੇ ਕੋਈ ਜਾਂ ਬੀਜੇਪੀ ਵਾਲੇ ਇਹ ਗੰਦੀ ਖੇਡ ਖੇਡ ਰਹੇ ਨੇ, ਪਰ ਆਮ ਵੋਟਰ ਉਮੀਦ ਕਰਦੇ ਹਾਂ ਕਿ ਇਹਨਾਂ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਵੰਡੇ ਨਹੀਂ ਜਾਣਗੇ, ਅਤੇ ਇਨਸਾਨੀਅਤ ਦੇ ਤੌਰ 'ਤੇ ਚੱਲ ਕੇ ਅਤੇ ਇੱਕ ਚੰਗੀ ਸਰਕਾਰ ਚੁਣਨਗੇ। ਬਾਕੀ ਇਹ ਹੈ ਤੁਹਾਡੀ ਗੱਲ ਬਿਲਕੁਲ ਸ਼ੱਕ ਸੱਚ ਆ ਕਿ ਇਹ ਬੀਜੇਪੀ ਪਹਿਲਾਂ ਵੀ ਇਸ ਭਗਵੇਕਰਨ ਦੇ ਕਾਰਡ 'ਤੇ ਜਿੱਤੀ ਸੀ, ਅਤੇ ਹੁਣ 2019 'ਚ ਵੀ ਉਹਨਾਂ ਦਾ ਮੁੱਖ ਪੱਤਾ, ਕਿਉਂਕਿ ਡਿਵੈਲਪਮੈਂਟ 'ਤੇ ਕੋਈ ਹੋਈ ਨਹੀਂ ਗੀ, ਸੋ ਮੁੱਖ ਪੱਤਾ ਫਿਰ ਉਹੀ ਆ ਜਿਹੜਾ ਸੂਡੋ ਨੈਸ਼ਨਲਿਜ਼ਮ ਜਾਂ ਧਰਮ ਦਾ ਫਿਰਕੂ ਰੰਗਤ ਦੇ ਕੇ ਕਾਰਡ ਖੇਡਣਾ, ਜਿਹੜਾ ਇੱਕ ਦੁੱਖ ਦੀ ਗੱਲ ਆ। ਵਟ ਯੂ ਥਿੰਕ ਅਬਾਊਟ ਦੀ ਆਰਗੇਨਾਈਜੇਸ਼ਨਸ, ਮੈਂ ਨਾਂ ਨਹੀਂ ਲਵਾਂਗਾ, ਲੇਕਿਨ ਦੇ ਆਰ ਵਰਕਿੰਗ ਔਨ 2020, ਹੁਣ ਲੰਡਨ ਦੇ ਵਿੱਚ ਵੀ 12 ਤਰੀਕ ਨੂੰ ਪ੍ਰੋਗਰਾਮ ਹੋਣ ਵਾਲਾ, ਤੁਹਾਨੂੰ ਕੀ ਲੱਗਦਾ? ਦੇਖੋ ਜੀ, 2020 ਦਾ ਜਿਹੜਾ ਮਸਲਾ ਹੈ ਉਹ ਪਹਿਲੀ ਗੱਲ ਤਾਂ ਮੇਰੇ ਖਿਆਲ ਮੁਤਾਬਕ, ਮੈਨੂੰ ਨਹੀਂ ਪਤਾ ਵੀ ਉਹ ਰੈਫਰੈਂਡਮ ਕਿੰਨੀ ਕੁ ਵੈਲਿਊ ਰੱਖਦਾ ਹੈ। ਮੈਂ ਜਿੱਥੋਂ ਤੱਕ ਇੱਕ ਆਮ ਪੰਜਾਬ ਦੇ ਲੋਕਾਂ ਦਾ ਸਵਾਲ ਆ, ਮੇਰਾ ਖਿਆਲ ਬਹੁਤ ਜ਼ਿਆਦਾ ਇੰਟਰਸਟਿਡ ਨਹੀਂ ਗੇ, ਪਰ ਜੇ ਕੋਈ ਮੰਗਦਾ ਹੈ, ਜੇ ਹਿੰਦੁਸਤਾਨ ਦਾ ਸੰਵਿਧਾਨ ਉਹ ਇਜਾਜ਼ਤ ਦਿੰਦਾ, ਜੇ ਕੋਈ ਪੀਸਫੁਲ ਤਰੀਕੇ ਨਾਲ ਮੰਗਣਾ ਚਾਹੁੰਦਾ, ਦੇਰ ਇਜ਼ ਨਥਿੰਗ ਰੋਂਗ ਵਿਦ ਦੈਟ, ਉਹਦੇ 'ਚ ਕੋਈ ਹੱਲ ਨਹੀਂ। ਪਰ ਜਿਹੜੇ ਅਸੀਂ ਐਜ਼ ਏ ਆਮ ਆਦਮੀ ਪਾਰਟੀ ਜਾਂ ਸਾਡੇ ਜਾਂ ਮੈਂ ਪਰਸਨਲੀ ਜਾਂ ਜਿੰਨੇ ਵੀ ਅਸੀਂ ਲਿਖਦਾ, ਬਹੁਤੇ ਲੋਕ ਉਹਨਾਂ ਕੋਲ ਹੋਰ ਮੁੱਦੇ ਨੇ, ਉਹਨਾਂ ਕੋਲ ਸਿਹਤ ਸੇਵਾਵਾਂ ਦਾ ਮੁੱਦਾ ਹੈ, ਉਹਨਾਂ ਕੋਲ ਐਜੂਕੇਸ਼ਨ ਦਾ ਮੁੱਦਾ ਹੈ, ਉੱਥੇ ਟੁੱਟੀਆਂ ਸੜਕਾਂ ਦਾ ਮਸਲਾ ਹੈ, ਉੱਥੇ ਬੇਰੁਜ਼ਗਾਰੀ ਦਾ ਮਸਲਾ ਹੈ। 2020 ਵਾਲਾ ਜਿਹੜਾ ਇੱਕ ਕੁਛ ਇੱਕ ਲੋਕਾਂ ਦਾ ਹੋ ਸਕਦਾ ਉਹਨਾਂ ਨੂੰ ਇਹਦੇ ਨਾਲ ਹੋਵੇ, ਪਰ ਇੱਕ ਆਮ ਜੇ ਤੁਸੀਂ ਪੰਜਾਬ 'ਚ ਜਾ ਕੇ ਮੌਜੂਦਾ ਵਸੋਂ ਨੂੰ ਪੁੱਛੋਗੇ, ਉਹਨਾਂ ਕੋਲ ਬਹੁਤ ਗੰਭੀਰ ਮਸਲੇ ਨੇ। ਤੁਸੀਂ ਸਾਰੇ ਕਨਾਤ 'ਤੇ ਕੈਂਸਰ ਦਾ ਮਸਲਾ ਹੈ, ਬੇਰੁਜ਼ਗਾਰ ਨੇ, ਨਸ਼ਿਆਂ ਦਾ ਮਸਲਾ, ਜਦੋਂ ਉਹ ਸਾਰੇ ਮਸਲੇ ਸਾਂਭੇ ਜਾਣ, ਉਸ ਤੋਂ ਬਾਅਦ ਜੇ ਕੋਈ ਕਰਨਾ ਚਾਹੇ, ਰੈਫਰੈਂਡਮ ਦੁਨੀਆ 'ਚ ਹੁੰਦੇ ਆਏ ਨੇ। ਪਹਿਲੀ ਗੱਲ ਕਿ ਇਹ ਰੈਫਰੈਂਡਮ ਜਿਹੜਾ ਹੈ, ਮੈਨੂੰ ਨਹੀਂ ਪਤਾ ਵੀ ਇਹਦੀ ਲੀਗਲੀ ਕਿੰਨੀ ਕੁ ਵੈਲਿਊ ਰੱਖਦਾ ਹੈ। ਮੈਂ ਇਸ ਟੋਪਿਕ ਦੇ ਉੱਤੇ ਆਪਣੇ ਆਪ ਨੂੰ ਕਹਾਂਗਾ ਕਿ ਇੰਨਾ ਐਜੂਕੇਟਿਡ ਨਹੀਂ ਗਾ ਇਸ ਟੋਪਿਕ 'ਤੇ, ਮੈਂ ਇਸ ਟੋਪਿਕ 'ਤੇ ਬਿਲੀਵ ਨਹੀਂ ਕਰਦਾ। ਆਵਾਜ਼ ਅਗਰ ਤੁਹਾਨੂੰ ਦਿੱਤੀ ਜਾਵੇ ਕਿ 2020 ਰੈਫਰੈਂਡਮ 'ਤੇ ਐਜ਼ ਐਨ ਆਮ ਇਨਸਾਨ ਔਰ ਇੱਕ ਪੰਜਾਬ ਦੇ ਵਸਨੀਕ ਹੋਣ ਦੇ ਨਾਲ ਨਾਲ ਪੰਜਾਬੀਅਤ ਨੂੰ ਤੁਸੀਂ ਇੱਥੇ ਰੱਖਿਆ ਹੋਇਆ, ਪੰਜਾਬ ਬਾਰੇ ਤੁਸੀਂ ਗੰਭੀਰ ਹੋ, ਤੁਹਾਨੂੰ ਕੀ ਲੱਗਦਾ ਕਿ ਵਾਕਈ ਇਟ ਗੋਨਾ ਹੈਪਨ ਐਂਡ ਇਟ ਵਿਲ ਟੇਕ ਪੰਜਾਬ ਟੂ ਦੀ ਰਾਈਟ ਪੈਥ ਐਂਡ ਇਟ ਇਜ਼ ਹੈਲਪਫੁਲ ਫੋਰ ਦੀ ਬੈਟਰਮੈਂਟ ਆਫ ਪੰਜਾਬ? ਮੇਰੇ ਪਰਸਨਲ ਓਪੀਨੀਅਨ ਇਹ ਆ ਜੀ, ਕੋਈ ਉਸ ਚੀਜ਼ ਨੇ ਕੋਈ ਰਾਈਟ ਪੈਥ 'ਤੇ ਨਹੀਂ ਖੜਨਾ। ਇਸ ਵੇਲੇ ਮਸਲੇ ਹੋਰ ਬਹੁਤ ਗੰਭੀਰ ਨੇ ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਆ, ਚਾਹੇ ਉਹ ਤੁਸੀਂ ਕਹਿ ਲਓ ਆ, ਤੁਸੀਂ ਕੈਂਸਰ ਰੋਕੋ ਦੀ ਗੱਲ ਕੀਤੀ, ਐਜੂਕੇਸ਼ਨ ਦੀ ਗੱਲ ਕੀਤੀ, ਠੀਕ ਆ, ਉਹ ਜਦੋਂ ਆਪਾਂ ਸਾਰੇ ਮਸਲੇ ਹੱਲ ਕਰਾਂਗੇ ਫਿਰ ਇਹਦੇ ਬਾਰੇ ਸ਼ਾਇਦ ਸੋਚਣਾ ਹੋਵੇ। ਇਹ ਇੱਕ, ਮੈਂ ਅਮਰੀਕਾ 'ਚ ਬੈਠਾ, ਇੱਥੇ 2020 ਦੇ ਨਾਅਰੇ ਮਾਰੀ ਜਾਵਾਂ, ਬੜਾ ਸੌਖਾ ਕੰਮ ਆ, ਬਾਹਰ ਆ ਕੇ ਵਧੀਆ ਗੱਡੀ ਪਾਰ ਕੀਤੀ, ਉੱਥੇ ਮਸਲੇ ਤਾਂ ਵਿਚਾਰੇ ਰੋਟੀ ਦੇ ਬਣੇ ਹੋਏ ਆ, ਠੀਕ ਆ। ਮੇਰੇ ਵਰਗੇ ਬੰਦੇ ਲਈ ਇਹ ਨਾਰਾ ਮਾਰਨਾ, ਜਾਂ ਤਾਂ ਜੇ ਵਾਕਈ ਮੈਂ ਇੰਨਾ ਕੁ ਸੰਸੀਅਰ ਹੋਵਾਂ ਇਸ ਨਾਲ, ਮੈਂ ਉੱਥੇ ਜਾ ਕੇ ਕੁਛ, ਕੋਈ ਹਰਜ ਨਹੀਂ ਗਾ, ਕਰੋ ਤੁਸੀਂ, ਇੰਡੀਆ ਦਾ ਕੌਂਸਟੀਟਿਊਸ਼ਨ ਅਲਾਓ ਕਰਦਾ ਹੈ, ਤੁਸੀਂ ਪੀਸਫੁਲੀ ਮੰਗ ਸਕਦੇ ਹੋ,
ਪਰ ਬਹੁਤ ਹੋਰ ਗੰਭੀਰ ਮਸਲੇ ਨੇ। ਤੁਸੀਂ ਮੈਂ ਆਪਣੇ ਦਰਸ਼ਕਾਂ ਨੂੰ ਅੱਜ ਇਹ ਰਿਕੁਐਸਟ ਵੀ ਕਰ ਰਿਹਾ ਔਰ ਮੈਂ ਆਪਣੇ ਦਰਸ਼ਕਾਂ ਨੂੰ ਕਹਾਂਗਾ ਵੀ ਕਿ ਅਸੀਂ ਹੁਣ ਜਿਹੜੀ ਲੜੀ ਹੈ ਇਸ ਪੂਰੇ ਵੀਕ ਦੀ, ਵੀ ਵਿਲ ਲਾਈਕ ਟੂ ਨੋ ਦੀ ਓਪੀਨੀਅਨ ਆਫ ਪੰਜਾਬ ਪੀਪਲ, ਵੀ ਵਿਲ ਲਾਈਕ ਟੂ ਨੋ ਦੀ ਓਪੀਨੀਅਨ ਆਫ ਪੀਪਲ ਦੋਜ਼ ਹੂ ਆਰ ਲਿਵਿੰਗ ਇਨ ਅਬਰੋਡ, ਸਿੱਖ ਡਾਇਸਪੋਰਾ ਕੀ ਸੋਚਦਾ ਇਸ ਰੈਫਰੈਂਡਮ ਬਾਰੇ, ਕਿਉਂਕਿ 12 ਤਰੀਕ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਹੀ ਹੋਣਾ ਔਰ ਵੱਖ ਵੱਖ ਜਿਹੜੀ ਪ੍ਰਤੀਕਿਰਿਆ ਇਸ ਮੁਤਲਕ ਮੈਂ ਜ਼ਰੂਰ ਲੈਣ ਦੀ ਕੋਸ਼ਿਸ਼ ਵੀ ਕਰਦਾ ਰਹਾਂਗਾ ਮੁੱਦੇ ਦੇ ਵਿੱਚ ਔਰ ਤੁਹਾਨੂੰ ਦਰਸਾਉਂਦਾ ਵੀ ਰਹਾਂਗਾ, ਦਿਖਾਉਂਦਾ ਵੀ ਰਹਾਂਗਾ ਤਾਂ ਕਿ ਜਿਹੜੀ ਕਲੀਅਰ ਪਿਕਚਰ ਆ ਉਹ ਤੁਹਾਡੇ ਸਾਹਮਣੇ ਆ ਸਕੇ, ਕਿਉਂਕਿ ਸਾਡਾ ਟੀਚਾ ਹੈਗਾ, ਸਾਡੇ ਜਸ ਬ੍ਰੋਡਕਾਸਟਿੰਗ ਦਾ, ਸਾਡੇ ਪ੍ਰੋਗਰਾਮ ਦਾ ਟੀਚਾ, ਅੱਜ ਦੇ ਮੁੱਦੇ ਦਾ ਇਹੀ ਟੀਚਾ ਕਿ ਜਿਹੜੀਆਂ ਤਸਵੀਰ ਹੈਗੀ ਹੈ ਧੁੰਦਲੀ ਤਸਵੀਰ ਤੁਹਾਡੇ ਸਾਹਮਣੇ ਨਾ ਆਏ, ਤਸਵੀਰ ਬਿਲਕੁਲ ਚਮਕ ਕੇ ਲਸ਼ਕਾਰੇ ਮਾਰਦੀ ਹੋਈ ਤਸਵੀਰ ਤੁਹਾਡੇ ਸਾਹਮਣੇ ਪਹੁੰਚੇ ਤਾਂ ਕਿ ਤੁਸੀਂ ਆਪ ਇਸ ਗੱਲ ਦਾ ਕੰਕਲੂਜਨ ਕੱਢੋ। ਔਰ ਤ੍ਰਿਲੋਕ ਸਿੰਘ ਜੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਕਿ ਜਿਹੜਾ ਹਿੰਦੂ ਏਜੰਡਾ ਅਸੀਂ ਗੱਲ ਕਰ ਰਹੇ ਹਾਂ 2019 ਦੀ, ਉਹਨੂੰ ਲੈ ਕੇ ਤ੍ਰਿਲੋਕ ਸਿੰਘ ਜੀ ਹੋਰੀ ਵੀ ਬੋੜੀ ਕਾਫੀ ਗੰਭੀਰ ਨੇ, ਉਹਨਾਂ ਨੂੰ ਵੀ ਲੱਗਦਾ ਕਿਤੇ ਨਾ ਕਿਤੇ ਸਿੱਖਾਂ ਦਾ ਜਦ ਬੋਲਬਾਲਾ ਹੋਇਆ, ਕਿਉਂਕਿ ਉਹਨਾਂ ਨੇ ਆਪ ਆਪਣੀ ਅੱਧੀ ਜ਼ਿੰਦਗੀ ਤੋਂ ਵੀ ਜ਼ਿਆਦਾ ਜ਼ਿੰਦਗੀ ਜਿਹੜੀ ਆ ਉਹ ਭਾਰਤ ਦੇ ਵਿੱਚ ਰਹੇ ਨੇ, ਉਹਨਾਂ ਨੂੰ ਇਹ ਗੱਲਾਂ ਨੂੰ ਮਸਲਿਆਂ ਨੂੰ ਆਪਣੇ ਸਾਹਮਣੇ ਵੇਖਿਆ, ਗਰਾਊਂਡ ਲੈਵਲ 'ਤੇ ਵੇਖਿਆ, ਹੁਣ ਕੀ ਲੱਗਦਾ ਉਹਨਾਂ ਤੋਂ ਇਸ ਸਰਕਾਰ ਤੋਂ ਕਿ ਵਾਕਈ ਹੀ ਇਹ ਘੱਟ ਗਿਣਤੀਆਂ ਦੇ ਵਿੱਚ ਕੌਨਫੀਡੈਂਸ ਲੈਵਲ ਪੈਦਾ ਕਰ ਪਾ ਰਹੀਆਂ ਹਨ ਕਿ ਨਹੀਂ ਕਰ ਪਾ ਰਹੀਆਂ ਹਨ। ਮੈਂ ਸ਼ੋਰਟ ਐਂਡ ਕ੍ਰਿਸਪੀ ਜਾਣਨ ਦੀ ਕੋਸ਼ਿਸ਼ ਕਰਾਂਗਾ, ਫਿਰ ਮੈਂ ਇੱਕ ਨਿੱਕਾ ਜਿਹਾ ਵਕਫਾ ਵੀ ਜ਼ਰੂਰ ਲੈਣਾ ਹੈ ਆਪਣੇ ਦਰਸ਼ਕਾਂ ਦੇ ਲਈ। ਕਿਸੇ ਵੀ ਸਰਕਾਰ ਤੋਂ ਉਮੀਦ ਇਹ ਵੀ ਰੱਖੀ ਜਾਂਦੀ ਹੈ ਕਿ ਜਦ ਆਮ ਬੰਦਾ ਜਿਹੜਾ ਹੈ ਉਹ ਬਿਲਕੁਲ ਸਹੂਲੀਅਤ ਨਾਲ ਜੀ ਰਿਹਾ ਹੈ, ਜੇ ਬੇਸਿਕ ਚੀਜ਼ਾਂ ਉਹਦੀਆਂ ਉਹਨੂੰ ਮਿਲਦੀਆਂ ਨੇ, ਰੋਟੀ ਕੱਪੜਾ ਮਕਾਨ, ਅਤੇ ਉਹ ਸੁਖੀ ਹੁੰਦਾ ਹੈਗਾ। ਅਤੇ ਇਸ ਵਕਤ ਕੁਛ ਐਸਾ ਲੱਗਦਾ ਨਹੀਂ ਹੈਗਾ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਰਿਕੁਆਇਰਮੈਂਟ ਉੱਥੇ ਪੂਰੀ ਹੋ ਰਹੀ ਹੈ। ਪਹਿਲੇ ਬੇਸਿਕ ਚੀਜ਼ਾਂ ਹੋਣਗੀਆਂ ਜਦ ਹੀ ਮੁਲਕ ਖੁਸ਼ਹਾਲ ਹੋਏਗਾ, ਔਰ ਇਹ ਜਿਹੜੇ ਏਜੰਡੇ ਛੱਡੀ ਜਾਂਦੇ ਹਿੰਦੂ ਜਾਂ ਕਿਸੇ ਦੇ, ਇਹ ਸਾਰਾ ਵੋਟਾਂ ਕਰਕੇ। ਤੁਹਾਨੂੰ ਕੀ ਲੱਗਦਾ ਕਿ ਤੁਸੀਂ ਇੱਥੇ ਰਹਿ ਰਹੇ ਹੋ ਹੁਣ ਅਮਰੀਕਾ ਦੇ ਵਿੱਚ ਔਰ ਤੁਸੀਂ ਇੰਡੀਆ ਦੇ ਵਿੱਚ ਵੀ ਰਹਿ ਕੇ ਆਏ ਹੋ, ਤੁਹਾਨੂੰ ਕੀ ਲੱਗਦਾ ਕੀ ਫਰਕ ਹੈਗਾ? ਫਰਕ ਹੈ ਇੱਥੇ ਆ ਕੇ ਥੋੜ੍ਹਾ ਸੁੱਖ ਚੈਨ ਲੱਗਦਾ, ਅਮਨ ਜਿਹਾ ਲੱਗਦਾ ਹੈਗਾ, ਸ਼ਾਂਤੀ ਲੱਗਦੀ ਹੈ। ਛੋਟੇ ਬੱਚੇ ਨੂੰ ਅਸੀਂ ਦੇਖਦੇ ਹਾਂ ਵੀ ਇਹ ਇੱਥੇ, ਚਾਹੇ ਹਿਸਟੋਰੀਕਲ ਗੁਰਦੁਆਰੇ ਨਹੀਂ ਹੈਗੇ, ਗੁਰਦੁਆਰਿਆਂ ਨਾਲ ਜੁੜੇ ਨੇ, ਧਰਮ ਨਾਲ ਜੁੜੇ ਨੇ। ਛੋਟੇ ਛੋਟੇ ਬੱਚੇ, ਅੱਠ ਅੱਠ ਦਸ ਦਸ ਸਾਲ ਦੇ ਬੱਚੇ ਸ਼ਬਦ ਕੀਰਤਨ ਕਰਦੇ ਨੇ ਔਰ ਸੰਗਤ ਉਹਨਾਂ ਨੂੰ ਇਨਕਰੇਜ ਕਰਦੀ ਹੈ, ਔਰ ਸੰਗਤ ਵਿੱਚੋਂ ਹੀ ਉਹਨਾਂ ਨੂੰ ਸਿਖਾਉਣ ਵਾਲੇ ਬੰਦੇ ਮਿਲ ਜਾਂਦੇ ਨੇ ਜਿਹੜੇ ਘਰ ਤੱਕ ਆ ਕੇ ਉਹਨਾਂ ਨੂੰ ਕੋਚਿੰਗ ਦਿੰਦੇ ਨੇ, ਔਰ ਕੁਛ ਵੀ ਨਹੀਂ ਲੈਂਦੇ ਹੈਗੇ ਆਪਣੇ ਧਰਮ ਦਾ ਵੱਲ। ਉਹਨਾਂ ਨੂੰ ਸਭ ਚੀਜ਼ਾਂ ਬਈ ਪ੍ਰਕਾਸ਼ ਕਿਵੇਂ ਕਰੀਦਾ, ਸੰਤੋਖੀ ਦਾ ਕਿਵੇਂ ਜੈਕਾਰੇ ਕਿਵੇਂ ਬੁਲਾਈਦਾ, ਚੋਲ ਸਾਹਿਬ ਦਾ ਕੀ ਮਤਲਬ ਹੈ, ਛੋਟੇ ਛੋਟੇ ਬੱਚਿਆਂ ਨੂੰ ਇੱਥੇ ਪਤਾ ਜੋ ਕਿ ਅਸੀਂ ਇੰਡੀਆ ਨਹੀਂ ਦੇਖਦੇ, ਉਹਦੇ ਚੀਜ਼ਾਂ ਬੜੀਆਂ ਬੇਸਿਕ ਜੀਆਂ ਹੈਗੀਆਂ ਨੇ। ਇੱਥੇ ਬੱਚੇ ਐਂ ਲੱਗਦਾ ਕਿ ਅਸਲੀ ਧਰਮ ਅਤੇ ਸਰਦਾਰਾਂ ਦਾ ਇੱਥੇ ਹੀ ਹੈਗਾ, ਅਤੇ ਇੰਡੀਆ ਇਸ ਚੀਜ਼ ਬਿਲਕੁਲ ਘੱਟ ਜਿਹੀ ਲੱਗਦੀ ਹੈ। ਉੱਥੇ ਪਾਰਟੀਬਾਜ਼ੀ, ਉੱਥੇ ਨਾਂ ਬਤੌਰ ਆਪਣੇ ਸੀਟਾਂ ਲੈ ਲੈਣੀਆਂ ਉਹਨਾਂ ਨੇ, ਆਪਸ 'ਚ ਲੜਾਈ ਝਗੜੇ ਕਰਦੇ ਰਹਿਣਾ, ਨਾ ਬਤੌਰ ਉਹ ਹਰ ਇੱਕ ਚੀਜ਼ ਨੂੰ ਪ੍ਰਾਪਤ ਕਰਦੇ ਕਿ ਮੇਰੀ ਵੀ ਇਹ ਪੋਸਟ ਹੈ ਅਤੇ ਮੇਰਾ ਇਹ ਨਾਂ ਹੈ, ਮੇਰੀ ਵਾਹ ਵਾਹ ਹੋ ਰਹੀ ਹੈ। ਕੌਨਫੀਡੈਂਸ ਲੈਵਲ ਹੈ ਤ੍ਰਿਲੋਕ ਸਿੰਘ ਜੀ ਕਹਿਣ ਦਾ ਭਾਵ ਹੈ ਕਿ ਉਹ ਕੌਨਫੀਡੈਂਸ ਲੈਵਲ ਪੈਦਾ ਨਹੀਂ ਹੋ ਪਾਉਂਦਾ ਉੱਥੇ ਦੇ ਸਿਆਸਤਦਾਨਾਂ ਵੱਲੋਂ, ਉੱਥੇ ਦੀਆਂ ਸਰਕਾਰਾਂ ਵੱਲੋਂ। ਮਸਲੇ ਗੰਭੀਰ ਨੇ ਔਰ ਇਹ ਜੇ ਮਸਲੇ ਵਾਕਈ ਹੀ ਜਸ ਬ੍ਰੋਡਕਾਸਟਿੰਗ ਦੀ ਟੀਮ ਨੂੰ, ਸਾਨੂੰ ਵੀ, ਮੈਨੂੰ ਵੀ ਜਾ ਕੇ ਜ਼ਮੀਨੀ ਪੱਧਰ 'ਤੇ ਜਾ ਕੇ ਪਤਾ ਚੱਲ ਰਿਹਾ ਕਿ ਦੇਖ ਲਓ ਕਿਸ ਤਰੀਕੇ ਦੇ ਹਾਲਾਤ ਜਿਹੜੇ ਨੇ ਉਹ ਅਸੀਂ ਤਾਂ ਤੁਹਾਨੂੰ ਦੱਸਦੇ ਆ ਰਹੇ ਹਾਂ, ਪੰਜਾਬ ਦੇ ਵਿੱਚ ਬਣੇ ਹੋਏ ਨੇ, ਲੇਕਿਨ ਕਿਹੜੇ ਸੰਤਾਪ ਹਟਾ ਕੇ ਆਏ ਨੇ ਉੱਥੇ ਦੇ ਵਸਨੀਕ, ਕਿਹੜੇ ਸੰਤਾਪ ਹਟਾ ਕੇ ਆਏ ਨੇ ਸਾਡੇ ਬਜ਼ੁਰਗ ਲੋਕ, ਕਿਹੜੇ ਸੰਤਾਪ ਉਹਨਾਂ ਨੇ ਹੰਡਾਇਆ ਸਾਡੇ ਜਵਾਨਾਂ ਨੇ, ਸਾਡੇ ਭਰਾਵਾਂ ਨੇ, ਔਰ ਇਹੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਦੇ ਮੁੱਦੇ ਦੇ ਵਿੱਚ। ਸਮਾਂ ਸਿਰਫ ਇੱਕ ਨਿੱਕੇ ਜਿਹੇ ਵਕਫੇ ਦਾ, ਤਾਂ ਤੱਕ ਤੁਸੀਂ ਵੀ ਪਾਣੀ ਪੀ ਲਓ, ਮੈਂ ਵੀ ਪਾਣੀ ਪੀ ਲੈਣਾ ਔਰ ਆ ਕੇ ਕਰਾਂਗੇ ਵਿਚਾਰ ਵਟਾਂਦਰਾ ਇਸ ਮੁਤਲਕ, ਇਸ ਬ੍ਰੇਕ ਤੋਂ ਉਸ ਪਾਰ।